ਜਦੋਂ ਦਿਲ ਹਸ਼ਰ ਦੇ ਸਵਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਉਹ ਪੜੀਏ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਜਦੋਂ ਦੇ ਹਸ਼ਰ ਦੇ ਸਵਾਲ ਹੋਣਗੇ ਜਦੋਂ ਦੇ ਹਸ਼ਰ ਦੇ ਸਵਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਸੱਲਮ ਤਸ਼ਰੀਫ ਫਰਮਾਨੇ ਸਾਹਿਬਾ ਕਰਾਮ ਨੇ ਪੁੱਛਿਆ ਜੰਨਤ ਦੇ ਸਾਰਿਆਂ ਤੋਂ ਪਹਿਲੇ ਕੌਣ ਜਾਏਗਾ ਸਰਕਾਰ ਨੇ ਕੀ ਫਰਮਾਇਆ ਤਵਜੋ ਫਰਮਾਓ ਸ਼ਾਇਰ ਕੀ ਲਿਖ ਰਿਹਾ ਆ ਕਿ ਜੰਨਤਾਂ ਨੂੰ ਜਾਵੇਗੀ ਸਵਾਰੀ ਨਬੀ ਪਾਕ ਦੀ ਕਹੀਏ ਸੁਭਾਨ ਅੱਲਾ ਕਿ ਜਨਤਾ ਨੂੰ ਜਾਵੇਗੇ ਸਵਾਰੀ ਨਬੀ ਪਾਕ ਦੇ ਫਿਰ ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਪੜੀਏ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਜਿਹੜਾ ਬੰਦਾ ਹਜ਼ੂਰ ਦੀ ਜ਼ਾਤ ਤੇ ਔਰ ਹਜ਼ੂਰ ਆਲੇ ਪਾਕ ਤੇ ਦਰੂਦ ਪਾਕ ਪੜਦਾ ਹੈ ਰੋਜ਼ੇ ਮਾਸ਼ਰ ਖੁਦਾ ਨੇ ਉਹਦੇ ਵਾਸਤੇ ਕਿਤਨਾ ਬੜਾ ਇਨਾਮ ਰੱਖਿਆ ਹੈ ਕਿਬਲਾ ਆਜ਼ਮ ਵੱਡੂ ਸਾਹਿਬ ਆ ਕਿ ਜਿਹੜੇ ਸਦਾ ਪੜਦੇ ਸੁਭਾਨ ਅੱਲਾ ਕਿ ਜਿਹੜੇ ਸਦਾ ਪੜੇ ਦੇ ਦਰੂਦ ਨਬੀ ਪਾਕ ਦੇ ਫਿਰ ਜੰਨਤਾਂ ਚ ਮੁਸਤਫਾ ਦੇ ਨਾਲ ਹੋਣਗੇ ਜੰਨਤਾਂ ਚ ਮੁਸਤਫਾ ਦੇ ਨਾਲ ਹੋਣਗੇ ਜੰਨਤਾਂ ਚ ਮੁਸਤਫਾ ਦੇ ਨਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਪੜੀਏ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਔਰ ਉਸੇ ਪਾਸੇ ਰਹਿਮਤ ਰਸੂਲ ਹੋਵੇਗੇ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣਗੇ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ ਜਾਨ ਸ਼ੇਰ ਦੇ ਕੇ ਜਾ ਰਹੇ ਹਾਂ ਸਮਾਤ ਕਰੋ ਆ ਕਿ ਸਾਨੂੰ ਬਖਸ਼ਵਾਉਣ ਖੁਦਾ ਦੇ ਸਾਹਮਣੇ ਸਾਨੂੰ ਬਖਸ਼ਵਾਉਣ ਲਈ ਸਾਨੂੰ ਬਖਸ਼ਵਾਉਣ ਲੈ ਖੁਦਾ ਸਾਨੂੰ ਬਖਸ਼ਵਾਉਣ ਲੈ ਖੁਦਾ ਦੇ ਸਾ
سیداں دے سونے سونے بال ہون گے سیداں دے سونے سونے سیداں دے سونے سونے بال ہون گے حامی ساڈے آمینہ دے لال ہون گے پڑھیے حامی ساڈے آمینہ دے لال ہون گے